ਜੁਐਲਰੀ ਸ਼ੋਪ ਤੇ ਫਾਇਰਿੰਗ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਤਾਂ ਦੱਸੀਏ ਕਿ ਕਾਊਂਟਰ ਇੰਟੈਲੀਜੈਂਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਸ਼ਾਮ ਦੇ ਸਮੇਂ ਕਿਹਾ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੇ ਘਟਨਾ ਦੀ CCTV ਵੀ ਸਾਹਮਣੇ ਆਈ ਸੀ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਸੀ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਦੋ ਸ਼ਖਸ ਆਉਂਦੇ ਨੇ। ਜੋ ਪਿੱਛੇ ਬੈਠਾ ਹੁੰਦਾ ਸ਼ਖਸ ਉਸਦੇ ਵੱਲੋਂ ਆਪਣੇ ਹੱਥਾਂ ਦੇ ਵਿੱਚ ਦੋਵਾਂ 'ਚ ਪਿਸਟਲ ਲਏ ਹੁੰਦੇ ਨੇ ਅਤੇ ਅੰਨੇਵਾਹ ਗੋਲੀਆਂ ਜੁਐਲਰੀ ਸ਼ੋਪ ਦੇ ਉੱਤੇ ਚਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਬਾਹਰ ਤੋਂ ਖੜ ਕੇ ਫਾਇਰਿੰਗ ਕੀਤੀ ਜਾਂਦੀ ਹੈ ਅਤੇ ਸ਼ੀਸ਼ੇ ਜੋ ਨੇ ਜੁਐਲਰੀ ਸ਼ੋਪ ਦੇ ਸਾਰੇ ਤੋੜ ਦਿੱਤੇ ਜਾਂਦੇ ਨੇ। ਹਾਲਾਂਕਿ ਇਲਾਕੇ ਦੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਜਾਂਦੀ ਹੈ। ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ। ਤਾਂ ਠੀਕ ਦੋ ਦਿਨਾਂ ਬਾਅਦ ਕਿਹਾ ਜਾ ਰਿਹਾ ਕਿ ਕਾਊਂਟਰ ਇੰਟੈਲੀਜੈਂਸ ਨੇ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਗੋਲੀਆਂ ਚਲਾਉਣ ਤੋਂ ਬਾਅਦ ਇਹ ਦੋਵੇਂ ਹੀ ਬਾਈਕ ਦੇ ਉੱਤੋਂ ਫਰਾਰ ਹੋ ਗਏ ਸੀ। ਤਾਂ ਬਠਿੰਡਾ ਦੇ ਵਿੱਚ ਇਹ ਵੱਡਾ ਆਪਰੇਸ਼ਨ ਚੱਲਿਆ ਜਿੱਥੇ ਬਠਿੰਡਾ ਕਾਊਂਟਰ ਇੰਟੈਲੀਜੈਂਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਦੋਵਾਂ ਦੇ ਕੋਲੋਂ ਵਿਦੇਸ਼ੀ ਹਥਿਆਰ ਜ਼ਬਤ ਕੀਤੇ ਗਏ ਨੇ। ਦੋ ਪਿਸਟਲ 32 ਬੋਰ ਦੇ, ਇੱਕ ਵਿਦੇਸ਼ੀ ਪਿਸਟਲ 45 ਬੋਰ ਦਾ ਬਰਾਮਦ ਕੀਤਾ ਹੈ ਅਤੇ ਇੱਕ 9 mm ਬ੍ਰਾਜ਼ੀਲ ਮੇਡ ਪਿਸਟਲ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਇਆ। ਤਾਂ 12 ਜੂਨ ਨੂੰ ਦਰੋਹਾ ਦੇ ਵਿੱਚ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਇੱਕ ਜੁਐਲਰੀ ਸ਼ੋਪ ਦੇ ਉੱਤੇ ਅਤੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਕਿਹਾ ਜਾ ਰਿਹਾ ਕਿ ਇਹ ਫਾਇਰਿੰਗ ਇਹਨਾਂ ਦੇ ਵੱਲੋਂ ਕੀਤੀ ਗਈ ਸੀ। ਤਾਂ ਬਠਿੰਡਾ ਕਾਊਂਟਰ ਇੰਟੈਲੀਜੈਂਸ ਨੇ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਜਿਸ ਸਮੇਂ ਇਹ ਵਾਰਦਾਤ ਹੋਈ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਇੱਕ ਬੈਂਕ ਦੇ ਵਿੱਚ ਡਕੈਤੀ ਹੁੰਦੀ ਹੈ। 15 ਲੱਖ ਰੁਪਏ ਲੁੱਟੇ ਜਾਂਦੇ ਨੇ ਅਤੇ ਠੀਕ ਉਸ ਤੋਂ ਬਾਅਦ ਇਹ ਨਾਲ ਦੀ ਨਾਲ ਹੀ ਦੂਸਰੀ ਵਾਰਦਾਤ ਹੁੰਦੀ ਹੈ। ਤਾਂ ਦੱਸ ਦਈਏ ਕਿ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਖੰਨੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਕਿਉਂਕਿ 24 ਘੰਟੇ ਦੇ ਅੰਦਰ ਇਹ ਦੋ ਵਾਰਦਾਤਾਂ ਹੋਈਆਂ ਸੀ। ਪੁਲਿਸ ਲਗਾਤਾਰ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਅਤੇ ਹੁਣ ਜੁਐਲਰੀ ਸ਼ੋਪ ਦੇ ਉੱਤੇ ਫਾਇਰਿੰਗ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਬਠਿੰਡਾ ਕਾਊਂਟਰ ਇੰਟੈਲੀਜੈਂਸ ਨੇ ਕਾਬੂ ਕਰ ਲਿਆ। ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਹਨਾਂ ਦੇ ਵੱਲੋਂ ਗੋਲੀ ਚਲਾਈ ਗਈ ਸੀ। ਗਨੀਮਤ ਰਹੀ ਸੀ ਕਿ ਉਹ ਗੋਲੀ ਕਿਸੇ ਇਨਸਾਨ ਦੇ ਨਹੀਂ ਲੱਗੀ, ਜਿਸ ਦੇ ਕਾਰਨ ਇੱਕ ਵੱਡਾ ਬਚਾਅ ਹੋਇਆ। ਪਰ ਕਿਹਾ ਜਾ ਰਿਹਾ ਕਿ ਜੋ ਸ਼ੀਸ਼ੇ ਸੀ ਉਹ ਜੁਐਲਰੀ ਸ਼ੋਪ ਦੇ ਸਾਰੇ ਹੀ ਤੋੜ ਦਿੱਤੇ ਗਏ ਸੀ ਕਿਉਂਕਿ ਕਈ ਰਾਊਂਡ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ। ਦੋਵਾਂ ਹੱਥਾਂ ਦੇ ਵਿੱਚ ਪਿਸਟਲ ਫੜੇ ਹੋਏ ਸੀ ਜਦੋਂ ਗੋਲੀਆਂ ਚਲਾਈਆਂ ਅਤੇ ਕਰੀਬ 5 ਤੋਂ 6 ਰਾਊਂਡ ਇਹਨਾਂ ਦੇ ਵੱਲੋਂ ਉਸ ਸਮੇਂ ਫਾਇਰ ਕੀਤੇ ਗਏ ਸੀ। ਤਾਂ ਹੁਣ ਬਠਿੰਡਾ ਦੀ ਕਾਊਂਟਰ ਇੰਟੈਲੀਜੈਂਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁੱਛ ਪੜਤਾਲ ਇਹਨਾਂ ਦੇ ਕੋਲੋਂ ਕੀਤੀ ਜਾ ਰਹੀ ਹੈ। ਜੁਐਲਰੀ ਸ਼ੋਪ ਤੇ ਫਾਇਰਿੰਗ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਤਾਂ ਦੱਸ ਦਈਏ ਕਿ ਕਾਊਂਟਰ ਇੰਟੈਲੀਜੈਂਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਸ਼ਾਮ ਦੇ ਸਮੇਂ ਕਿਹਾ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਤੇ ਘਟਨਾ ਦੀ CCTV ਵੀ ਸਾਹਮਣੇ ਆਈ ਸੀ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਸੀ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਦੋ ਸ਼ਖਸ ਆਉਂਦੇ ਨੇ। ਜੋ ਪਿੱਛੇ ਬੈਠਾ ਹੁੰਦਾ ਸ਼ਖਸ ਉਸਦੇ ਵੱਲੋਂ ਆਪਣੇ ਹੱਥਾਂ ਦੇ ਵਿੱਚ ਦੋਵਾਂ 'ਚ ਪਿਸਟਲ ਲਏ ਹੁੰਦੇ ਨੇ ਅਤੇ ਅੰਨੇਵਾਹ ਗੋਲੀਆਂ ਜੁਐਲਰੀ ਸ਼ੋਪ ਦੇ ਉੱਤੇ ਚਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਬਾਹਰ ਤੋਂ ਖੜ ਕੇ ਫਾਇਰਿੰਗ ਕੀਤੀ ਜਾਂਦੀ ਹੈ ਅਤੇ ਸ਼ੀਸ਼ੇ ਜੋ ਨੇ ਜੁਐਲਰੀ ਸ਼ੋਪ ਦੇ ਸਾਰੇ ਤੋੜ ਦਿੱਤੇ ਜਾਂਦੇ ਨੇ। ਹਾਲਾਂਕਿ ਇਲਾਕੇ ਦੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਜਾਂਦੀ ਹੈ। ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ। ਤਾਂ ਠੀਕ ਦੋ ਦਿਨਾਂ ਬਾਅਦ ਕਿਹਾ ਜਾ ਰਿਹਾ ਕਿ ਕਾਊਂਟਰ ਇੰਟੈਲੀਜੈਂਸ ਨੇ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਗੋਲੀਆਂ ਚਲਾਉਣ ਤੋਂ ਬਾਅਦ ਇਹ ਦੋਵੇਂ ਹੀ ਬਾਈਕ ਦੇ ਉੱਤੋਂ ਫਰਾਰ ਹੋ ਗਏ ਸੀ। ਤਾਂ ਬਠਿੰਡਾ ਦੇ ਵਿੱਚ ਇਹ ਵੱਡਾ ਆਪਰੇਸ਼ਨ ਚੱਲਿਆ ਜਿੱਥੇ ਬਠਿੰਡਾ ਕਾਊਂਟਰ ਇੰਟੈਲੀਜੈਂਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਦੋਵਾਂ ਦੇ ਕੋਲੋਂ ਵਿਦੇਸ਼ੀ ਹਥਿਆਰ ਜ਼ਬਤ ਕੀਤੇ ਗਏ ਨੇ। ਦੋ ਪਿਸਟਲ 32 ਬੋਰ ਦੇ, ਇੱਕ ਵਿਦੇਸ਼ੀ ਪਿਸਟਲ 45 ਬੋਰ ਦਾ ਬਰਾਮਦ ਕੀਤਾ ਹੈ ਅਤੇ ਇੱਕ 9 mm ਬ੍ਰਾਜ਼ੀਲ ਮੇਡ ਪਿਸਟਲ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਇਆ। ਤਾਂ 12 ਜੂਨ ਨੂੰ ਦਰੋਹਾ ਦੇ ਵਿੱਚ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਇੱਕ ਜੁਐਲਰੀ ਸ਼ੋਪ ਦੇ ਉੱਤੇ ਅਤੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਕਿਹਾ ਜਾ ਰਿਹਾ ਕਿ ਇਹ ਫਾਇਰਿੰਗ ਇਹਨਾਂ ਦੇ ਵੱਲੋਂ
ਕੀਤੀ ਗਈ ਸੀ ਤਾਂ ਬਠਿੰਡਾ ਕਾਊਂਟਰ ਇੰਟੈਲੀਜੈਂਸ ਨੇ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਜਿਸ ਸਮੇਂ ਇਹ ਵਾਰਦਾਤ ਹੋਈ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਇੱਕ ਬੈਂਕ ਦੇ ਵਿੱਚ ਡਕੈਤੀ ਹੁੰਦੀ ਹੈ, 15 ਲੱਖ ਰੁਪਏ ਲੁੱਟੇ ਜਾਂਦੇ ਨੇ ਅਤੇ ਠੀਕ ਉਸ ਤੋਂ ਬਾਅਦ ਇਹ ਨਾਲ ਦੀ ਨਾਲ ਹੀ ਦੂਸਰੀ ਵਾਰਦਾਤ ਹੁੰਦੀ ਹੈ। ਤਾਂ ਦੱਸ ਦਈਏ ਕਿ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਖੰਨੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ, ਕਿਉਂਕਿ 24 ਘੰਟੇ ਦੇ ਅੰਦਰ ਇਹ ਦੋ ਵਾਰਦਾਤਾਂ ਹੋਈਆਂ ਸੀ। ਪੁਲਿਸ ਲਗਾਤਾਰ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਅਤੇ ਹੁਣ ਜਵੈਲਰੀ ਸ਼ੋਪ ਦੇ ਉੱਤੇ ਫਾਇਰਿੰਗ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਬਠਿੰਡਾ ਕਾਊਂਟਰ ਇੰਟੈਲੀਜੈਂਸ ਨੇ ਕਾਬੂ ਕਰ ਲਿਆ। ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਹਨਾਂ ਦੇ ਵੱਲੋਂ ਗੋਲੀ ਚਲਾਈ ਗਈ ਸੀ। ਗਨੀਮਤ ਰਹੀ ਸੀ ਕਿ ਉਹ ਗੋਲੀ ਕਿਸੇ ਇਨਸਾਨ ਦੇ ਨਹੀਂ ਲੱਗੀ, ਜਿਸ ਦੇ ਕਾਰਨ ਇੱਕ ਵੱਡਾ ਬਚਾਅ ਹੋਇਆ। ਪਰ ਕਿਹਾ ਜਾ ਰਿਹਾ ਕਿ ਜੋ ਸ਼ੀਸ਼ੇ ਸੀ ਉਹ ਜਵੈਲਰੀ ਸ਼ੋਪ ਦੇ ਸਾਰੇ ਹੀ ਤੋੜ ਦਿੱਤੇ ਗਏ ਸੀ, ਕਿਉਂਕਿ ਕਈ ਰਾਊਂਡ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ। ਦੋਵਾਂ ਹੱਥਾਂ ਦੇ ਵਿੱਚ ਪਿਸਟਲ ਫੜੇ ਹੋਏ ਸੀ ਜਦੋਂ ਗੋਲੀਆਂ ਚਲਾਈਆਂ, ਅਤੇ ਕਰੀਬ 5 ਤੋਂ 6 ਰਾਊਂਡ ਇਹਨਾਂ ਦੇ ਵੱਲੋਂ ਉਸ ਸਮੇਂ ਫਾਇਰ ਕੀਤੇ ਗਏ ਸੀ। ਤਾਂ ਹੁਣ ਬਠਿੰਡਾ ਦੀ ਕਾਊਂਟਰ ਇੰਟੈਲੀਜੈਂਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁੱਛ ਪੜਤਾਲ ਇਹਨਾਂ ਦੇ ਕੋਲੋਂ ਕੀਤੀ ਜਾ ਰਹੀ ਹੈ।